ਅਸਲਾਮ ਅਲੈਕਮ ਜੀ। ਅਦਾਕਾਰਾ ਸਾਹਿਬਾ ਦੀ ਵਾਲਦਾ ਅਤੇ ਰੈਂਬੋ ਦੀ ਸੱਸ ਅਦਾਕਾਰਾ ਨਿਸ਼ੋ ਬੇਗਮ ਵਡੇਰੀਆਂ ਹੋ ਗਈਆਂ ਨੇ ਅਤੇ ਵਿਆਹ ਕਰਨ ਜਾ ਰਹੀਆਂ ਨੇ। ਕਿਹਦੇ ਨਾਲ ਕਰਨ ਜਾ ਰਹੀਆਂ ਨੇ, ਕਿਉਂ ਕਰਨ ਜਾ ਰਹੀਆਂ ਨੇ, ਦੱਸਣਾ ਸਾਰੀ ਗੱਲ। ਅੱਛਾ, ਚੈਨਲ ਨੂੰ ਸਬਸਕ੍ਰਾਈਬ ਕਰੋ ਫਿਰ ਤੁਹਾਨੂੰ ਦੱਸਣਾ। ਬੜੀ ਦੁਆਈ ਪਈ ਹੈ ਇਸ ਵੇਲੇ, ਫੇਸਬੁੱਕ ਖੋਲੋ, ਯੂਟਿਊਬ ਖੋਲੋ, ਟਿਕ ਟਿਕੀ ਖੋਲੋ, ਹੈਂ। ਅਦਾਕਾਰਾ ਨਿਸ਼ੋ ਵਿਆਹ ਕਰਨ ਲੱਗੀ, ਅਦਾਕਾਰਾ ਨਿਸ਼ੋ ਵਡੇਰੀ ਹੋ ਗਈ ਹੈ। ਲੋਕਾਂ ਦੇ ਕਮੈਂਟ ਜਾ ਕੇ ਪੜ੍ਹੋ, ਉਹ ਕਬਰ 'ਚ ਲੱਤਾਂ 'ਤੇ ਵੇਖੋ ਜੀ, ਉਹ ਕੀ ਆਉਂਦੇ ਹੁੰਦੇ ਨੇ। ਇੱਕ ਹੋਰ ਕਈਆਂ ਕਮੈਂਟ ਕੀਤਾ ਸੀ, ਉਹ ਲਾਲ ਘੋੜੀ ਲਾਲ ਲਗਾਮ, ਬੁੱਢੀ ਘੋੜੀ ਲਾਲ ਲਗਾਮ, ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਨਾ। ਲੇਕਿਨ ਲੋਕਾਂ ਦੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ, ਫਿਰ ਅੱਗੇ ਤੁਹਾਨੂੰ ਤਫਸੀਲ ਵੀ ਦੱਸਣਾ। ਫਿਰ ਕੋਈ ਕੁਝ ਕਹਿ ਰਿਹਾ, ਕੋਈ ਕੁਝ ਕਹਿ ਰਿਹਾ, ਇਹਨੂੰ ਖਿਆਲ ਨਹੀਂ ਹੁੰਦਾ। ਫਿਰ ਕਿਹਾ ਜਾ ਰਿਹਾ ਕਿ ਉਹ ਅਦਾਕਾਰਾ ਨਿਸ਼ੋ ਨੇ ਆਖ ਦਿੱਤਾ ਕਿ ਉਹ ਮੇਰੇ ਨਾਲ ਇੱਕ ਜਿੰਨ ਨੇ ਮੇਰੇ 'ਤੇ ਸਵਾਰ, ਜਿਹੜਾ ਕਿ ਮੇਰਾ ਵਿਆਹ ਨਹੀਂ ਹੋਣ ਦਿੰਦਾ, ਜਾਂ ਹੋਏ ਤਾਂ ਤੜਾ ਦਿੰਦਾ, ਜਾਂ ਉਹ ਐਂ ਵਾਧਾ ਘਾਟਾ ਕਰਾ ਦਿੰਦਾ ਜੀ। ਅੱਛਾ, ਇਹਦੇ ਉੱਤੇ ਅਦਾਕਾਰਾ ਨਿਸ਼ੋ ਨੇ ਜਿਹੜੀ ਗੱਲ ਕੀਤੀ ਹੈ ਨਾ, ਉਹ ਵਾਲਾ ਕੀ ਕੀਤੀ ਹੈ, ਬਲਕਿ ਤੁਹਾਨੂੰ ਮੈਂ ਉਹ ਸੁਣਾ ਦਿੰਦਾ ਵਾਂ। ਫਿਰ ਜਿਹਦੇ ਨਾਲ ਵਿਆਹ ਹੋਣ ਲੱਗਿਆ ਨਾ, ਉਸ ਬੰਦੇ ਨੇ ਕੀ ਆਖਿਆ, ਉਹ ਵੀ ਸੁਣ ਲਓ। ਉਹਨੇ ਆਖਿਆ, ਉਹ ਬੰਦਾ ਵਾਲਾ ਗਾਉਣ, ਅਦਾਕਾਰਾ ਮੁਮਤਾਜ਼ ਸਾਹਿਬਾ ਨੇ, ਉਹਨਾਂ ਦਾ ਜਿਹੜਾ ਪਹਿਲਾ ਬੰਦਾ ਹੈ, ਬਾਹਰ ਕਿਤੇ ਹੁੰਦਾ ਹੈ ਕੈਨੇਡਾ ਗਾਲਬਨ, ਤਾਂ ਉਹਨਾਂ ਤੋਂ ਤਲਾਕ ਹੋ ਗਈ ਹੈ ਮੁਮਤਾਜ਼ ਦੀ। ਮੁਮਤਾਜ਼ ਅੱਜ ਕੱਲ੍ਹ ਪਾਕਿਸਤਾਨ ਨੇ ਆਪਣੇ ਪੁੱਤਰ ਦੇ ਨਾਲ, ਇੱਥੇ ਉਹਨਾਂ ਨੇ ਕੋਈ ਬਾਰੀ ਸਟੂਡੀਓ, ਪਤਾ ਨਹੀਂ ਕੋਈ ਢਾਬਾ ਸ਼ਾਬਾ, ਕੋਈ ਚਾਹ ਦਾ ਖੋਲਿਆ, ਨਾਲੇ ਇੰਟਰੋਡਿਊਸ ਕਰਵਾ ਰਹੀਆਂ ਨੇ ਕਿਸੇ ਡਰਾਮੇ ਜਾਂ ਫਿਲਮ ਵਿੱਚ ਆਪਣੇ ਪੁੱਤਰ ਨੂੰ। ਅੱਛਾ, ਉਹ ਜਦੋਂ ਵਿਹਲੇ ਹੋ ਗਏ ਨਾ ਮੁਮਤਾਜ਼ ਤੋਂ, ਉਹਦਾ ਬੰਦਾ ਖਾਲਿਦ ਮਲਿਕ, ਤੇ ਉਹਨਾਂ ਨੇ ਆਖਿਆ ਕਿ ਮੈਂ ਨਿਸ਼ੋ ਨੂੰ ਪ੍ਰਪੋਜ਼ ਜਾਂ ਨਹੀਂ ਕਰ ਦਿੱਤਾ ਕਿ ਮੈਂ ਇਹਦੇ ਨਾਲ ਵਿਆਹ ਕਰਨਾ ਚਾਹੁੰਦਾ, ਕਿਉਂਕਿ ਉਹ ਕਹਿੰਦੇ ਨੇ ਕਿ ਇਹ ਮੇਰੇ ਯਾਰ ਦੀ ਜਨਾਨੀ ਸੀ, ਤੇ ਉਹ ਫੌਤ ਹੋ ਗਿਆ ਸੀ, ਪਹਿਲੇ ਵੀ ਮਿਲਤ ਗਿਲਤ ਹੈ ਸੀ, ਤੇ ਚਲੋ ਹੁਣ ਜ਼ਾਹਰੀ ਗੱਲ ਇਹ ਉਹ ਇਕੱਲੀਆਂ ਰਹਿ ਰਹੀਆਂ ਨੇ, ਤੇ ਠੀਕ ਹੈ ਮੈਂ ਉਹਨਾਂ ਦਾ ਹਮਸਫ਼ਰ ਬਣਨਾ ਚਾਹੁੰਦਾ। ਹੈਂ, ਹੁਣ ਇਹਦੇ ਪਹਿਲਾਂ ਉਹਨਾਂ ਦਾ ਬਿਆਨ ਸੁਣੋ ਜ਼ਰਾ। ਨਿਸ਼ੋ ਜੀ ਕੋ ਮੈਨੇ ਪ੍ਰਪੋਜ਼ ਕੀਆ। ਅੱਛਾ ਜੀ, ਦੂਸਰੇ ਨੰਬਰ 'ਤੇ ਨਾ ਇਹ ਅੱਜ ਕੱਲ੍ਹ ਵਾਇਰਲ ਹੈ ਉਹਨਾਂ ਦਾ ਬਿਆਨ। ਦੂਸਰੇ ਨੰਬਰ 'ਤੇ ਅੱਗੇ ਇਹਦਾ ਰਿਐਕਸ਼ਨ ਦਿੱਤਾ ਵਾਲਾ ਕਿੰਨਾ, ਯਾਨੀ ਕਿ ਜਵਾਬ ਦਿੱਤਾ ਨਿਸ਼ੋ ਬੇਗਮ ਨੇ, ਉਹਨਾਂ ਨੇ ਆਖਿਆ, ਉਹ ਮੈਂ ਪੂਰਾ ਸੁਣਿਆ, ਉਹ ਵੀ ਤੁਹਾਨੂੰ ਪਤਾ ਵਾਇਰਲ ਹੈ ਉਹ ਵੀ ਚੀਜ਼। ਉਹਨਾਂ ਨੇ ਆਖਿਆ ਜੀ ਕਿ ਉਹਨਾਂ ਨੇ ਪ੍ਰਪੋਜ਼ਲ ਭੇਜਿਆ ਅਤੇ ਠੀਕ ਹੈ ਉਹਨਾਂ ਦੀ, ਯਾਨੀ ਕਿ ਉਹ ਮੈਂ ਵੈਲਕਮ ਕਰਨੀ ਆ, ਲੇਕਿਨ ਅਜੇ ਮੇਰਾ ਇਰਾਦਾ ਨਹੀਂ, ਅਤੇ ਹੋ ਸਕਦਾ ਬਣ ਵੀ ਜਾਏ। ਲਓ ਜੀ ਸੋਹਣਿਓ, ਪੱਕੀ ਥਿੱਥੀ ਗੱਲ ਜੇ, ਇਰਾਦਾ ਦੋਨਾਂ ਦਾ ਬਣ ਚੁੱਕਿਆ, ਕਿਉਂਕਿ ਜਿਹਨਾਂ ਪ੍ਰਪੋਜ਼ਲ ਭੇਜਿਆ ਉਹ ਕਹਿੰਦੇ ਨੇ ਕਿ ਜਦੋਂ ਤੱਕ ਇਹ ਵੀਡੀਓ ਤੁਹਾਡੇ ਕੋਲ ਆਏਗੀ ਉਦੋਂ ਨੂੰ ਹੋ ਸਕਦਾ ਕਿ ਉਹ ਬਿਲਕੁਲ ਹਾਂ ਕਰ ਦੇਣ, ਕਿਉਂਕਿ ਉਹਨਾਂ ਆਖਿਆ ਨਿਸ਼ੋ ਅਜੇ 50% ਰਾਜ਼ੀ ਨੇ, ਅਤੇ ਜਦੋਂ ਨੂੰ ਵੀਡੀਓ ਹੈ ਤੁਹਾਡੇ ਤੱਕ ਆਏਗੀ ਇੰਟਰਨੈਟ 'ਤੇ, ਉਦੋਂ ਨੂੰ ਉਹ ਮੰਨ ਚੁੱਕੀ ਹੋਣੀ, ਉਹ ਵੀਡੀਓ ਤਾਂ ਕੱਲ੍ਹ ਦੀ ਆ ਗਈ। ਹਾਂਜੀ, ਨਿਸ਼ੋ ਬੇਗਮ ਕਹਿ ਰਹੀਆਂ ਨੇ ਕਿ ਨਹੀਂ ਅਜੇ ਮੇਰਾ ਇਰਾਦਾ ਨਹੀਂ, ਪਰ ਹੋ ਸਕਦਾ ਹੋ ਜੇ। ਮੈਨੂੰ ਜਾਪਿਆ ਉਹਨਾਂ ਦੀ ਗੱਲਬਾਤ ਤੋਂ ਕਿ ਉਹ ਵੀ ਬਿਲਕੁਲ ਰਾਜ਼ੀ ਨੇ। ਜੇ ਪ੍ਰਪੋਜ਼ ਕੀਆ ਗਿਆ ਤੇ ਜਿਸਮੇ ਇੱਕ ਖਾਲਿਦ ਅਵਾਨ ਮਲਿਕ ਕੀ ਇਹ ਆਫਰ ਬਹੁਤ ਅੱਛੀ, ਠੀਕ ਹੈ। ਅੱਛਾ, ਹੁਣ ਇਹਦੇ ਉੱਤੇ ਮੈਂ ਆਪਣੀ ਓਪੀਨੀਅਨ ਦਿੰਦਾ। ਦੇਖੋ, ਜਿਹੜੇ ਲੋਕੀ ਆ ਭੈੜੀਆਂ ਕਮੈਂਟ ਕਰ ਰਹੇ ਨੇ, ਗੱਲਾਂ ਬਾਤਾਂ ਕਰ ਰਹੇ ਨੇ ਨੈਗੇਟਿਵ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਸਲਾਮ 'ਚ ਜਾਇਜ਼ ਭਾਵੇਂ ਜਿਹੜੀ ਮਰਜ਼ੀ ਉਮਰ ਨੂੰ ਅੱਪੜ ਜਾਓ, ਤੁਸੀਂ ਕਰ ਸਕਦੇ ਹੋ, ਤੁਸੀਂ ਸ਼ਰੀਅਤ ਦੇ ਮੁਤਾਬਕ,
ਤੇ ਜੋ ਕਰਨ ਜਾ ਰਹੇ ਨੇ ਤੇ ਇਹਦੇ ਵਿੱਚ ਹਰਜ ਕੀ ਹੈ, ਤੁਹਾਨੂੰ ਕੀ ਤਕਲੀਫ ਹੈ? ਹੈਂ, ਕੀ ਆਉਂਦੇ ਹੁੰਦੇ ਨੇ ਕਿ ਸੂਏ ਮੱਝ ਤੇ ਉਹ ਕੱਟੇ ਦੀ, ਹੈਂ ਪਾਟੇ, ਇਸ ਤਰ੍ਹਾਂ ਦੀ ਗੱਲ ਹੈ, ਐਵੇਂ ਤੁਹਾਨੂੰ ਤਕਲੀਫ ਹੈ ਬਈ? ਅਸੀਂ ਤਾਂ ਆਉਂਦੇ ਭਾਈ ਉਹ ਕਰਨਾ ਚਾਹੁੰਦੇ ਨੇ ਤਾਂ ਜ਼ਰੂਰ ਕਰਨ, ਉਹਨਾਂ ਦਾ ਹੱਕ ਹੈ। ਲੇਕਿਨ ਇੱਕ ਗੱਲ ਹੈ ਵੀ ਕਿ ਜਿਵੇਂ ਪਿੰਡਾਂ ਥਾਵਾਂ ਵਿੱਚ ਉਹ ਪੁਰਾਣੇ ਸੋਚ ਦੌਰ ਅਜੇ ਵੀ ਹੈ, ਲੋਕ ਆਉਂਦੇ ਨੇ ਕਿ ਵੇਖੋ ਜੀ ਹੁਣ ਆਪਣਾ ਨਾਨੀ ਬਣ ਗਈ, ਕੋਈ ਦਾਦੀ ਬਣ ਗਈ, ਜਿਵੇਂ ਕੋਈ ਦਾਦਾ ਬਣ ਗਿਆ, ਨਾਨਾ ਬਣ ਗਿਆ, ਬੱਚੀਆਂ ਬੱਚੇ ਜਵਾਨ ਹੋ ਗਏ, ਦੋਤਰ ਪੋਤਰ ਵਾਲਾ ਬੰਦਾ ਹੋ ਜੇ, ਤੇ ਫਿਰ ਵੈਸੇ ਨਾ ਕੰਮ ਕਰਦਿਆਂ ਥੋੜ੍ਹੀ ਜਿਹੀ ਉਹ ਕੀ ਆਉਂਦੇ ਨੇ ਝਾਕਾ ਜਿਹਾ ਲੱਗਦਾ, ਸ਼ਰਮ ਜਿਹੀ ਆਉਂਦੀ ਜਿਸ ਤਰ੍ਹਾਂ। ਲੇਕਿਨ ਤੁਹਾਨੂੰ ਪਤਾ ਕਿ ਸ਼ੋਭੇ ਦੀ ਦੁਨੀਆ ਵਿੱਚ ਜਿਹੜੇ ਖਾਸ ਕਰ ਅਮੀਰ ਲੋਕ ਨੇ ਉਹਨਾਂ ਵਿੱਚ ਚੱਲਦਾ ਰਹਿੰਦਾ, ਹੈਂ, ਬੱਚੇ ਵੀ ਰਾਜ਼ੀ ਹੁੰਦੇ ਨੇ। ਜਿਵੇਂ ਇੱਕ ਉਹ ਅਦਾਕਾਰਾ ਹੈ, ਮੈਨੂੰ ਨਾਂ ਨਹੀਂ ਉਹਨਾਂ ਦਾ ਯਾਦ ਆ ਰਿਹਾ, ਡਰਾਮੇ ਡਰੂ ਮੈਂ ਆਪਣੀ ਪ੍ਰੋਡਕਸ਼ਨ ਹਾਊਸ ਸੀ ਉਹਨਾਂ ਦਾ, ਟੀਵੀ ਸੀਰੀਅਲ ਵਿੱਚ ਉਹ ਜ਼ਿਆਦਾ ਕਰ, ਸਮੀਨਾ ਅਹਿਮਦ ਗੱਲ ਬਣਨਾ ਉਹਨਾਂ ਦਾ, ਉਹਨਾਂ ਨੇ ਵਿਆਹ ਕੀਤਾ ਵਡੇਰੀ ਉਮਰੇ ਆ ਕੇ, ਜਿਹਦੇ ਨਾਲ ਕੀਤਾ ਉਹ ਵੀ ਵਿਚਾਰਾ ਜਿਹੜਾ ਉਹ ਐਂਡ ਹੋਇਆ ਉਹਦਾ ਵੀ, ਹਾਂਜੀ, ਲੇਕਿਨ ਉਹਨਾਂ ਨੇ ਕਰ ਲਿਆ, ਉਹਨਾਂ ਦੀ ਤਮੰਨਾ ਸੀ, ਬਚਪਨ ਦਾ ਕਿਹਾ ਜਾਂਦਾ ਉਹਨਾਂ ਦਾ ਪਿਆਰ ਸੀ, ਲੇਕਿਨ ਜਵਾਨੀ ਵੇਲੇ ਉਹ ਪਿਆਰ ਨਹੀਂ ਲੱਭਿਆ ਤੇ ਆਖਰੀ ਉਮਰੇ ਆ ਕੇ ਉਹਨਾਂ ਨੇ ਕਰ ਲਿਆ। ਕੀ ਅੱਲਾਹ ਤੇ ਅੱਲਾਹ ਦੇ ਰਸੂਲ ਨੇ ਮਨਾ ਕੀਤਾ ਇਸ ਚੀਜ਼ ਤੋਂ ਕਿ ਤੁਸੀਂ ਨਿਕਾਹ ਨਾ ਕਰੋ? ਨਹੀਂ, ਕਿਸੇ ਉਮਰ 'ਚ ਵੀ ਕਰ ਸਕਦੇ ਹੋ ਤੁਸੀਂ। ਲਿਹਾਜ਼ਾ ਅਦਾਕਾਰਾ ਨਿਸ਼ੋ ਬੇਗਮ ਸਾਹਿਬਾ ਨੇ ਅਗਰ ਇਰਾਦਾ ਫਰਮਾਇਆ ਨਾ ਤਾਂ ਉਹਨਾਂ ਦਾ ਹੱਕ ਹੈ ਭਾਈ, ਉਹ ਕਰ ਸਕਦੀਆਂ। ਤੁਸੀਂ ਮਾਮੇ ਲੱਗਦੇ ਹੋ ਉਹਨਾਂ ਦੇ ਕਮੈਂਟ ਕਰਨ ਵਾਲੇ, ਹੈਂ, ਉਹਨਾਂ ਦੀ ਮਰਜ਼ੀ ਹੈ ਨਾ ਯਾਰ, ਉਹ ਇਕੱਲੀਆਂ ਰਹਿ ਰਹੀਆਂ ਨੇ, ਬੱਚੇ ਬੱਚੀਆਂ ਆਪਣੇ ਆਪਣੇ ਘਰਾਂ ਵਿੱਚ ਨੇ, ਖੁਸ਼ਬਾਸ਼ ਨੇ, ਤੇ ਜਿਹੜੇ ਲੋਕ ਆਉਂਦੇ ਨੇ ਲਓ ਜੀ ਉਹ ਬੱਚਿਆਂ ਨੂੰ ਵੀ ਉਹ ਆਪਣਾ ਨਿਸ਼ੋ ਨੂੰ ਸ਼ਰਮ ਨਹੀਂ ਆਉਂਦੀ ਵੀ ਬੱਚੇ ਜਵਾਨ ਨੇ, ਤੇ ਉਹ ਕੀ ਖਲਾਰਾ ਉਹਨੇ ਪਾਇਆ ਹੈ ਜੀ, ਕਿਹੜੇ ਕੰਮ 'ਤੇ ਆ ਕੇ ਵਾਇਰਲ ਹੋਈ ਹੈ, ਉਹ ਅੱਲਾਹ ਦੇ ਬੰਦੇ ਹੋ, ਤੁਸੀਂ ਗੱਲਾਂ ਕਰਨ ਵਾਲੇ ਕੌਣ ਲੱਗਦੇ ਹੋ ਬਈ? ਨਾ ਤੁਸੀਂ 3 ਵਿੱਚ ਨਾ 13 ਵਿੱਚ, ਉਹ ਜਾਣੇ ਉਹਦਾ ਕੰਮ ਜਾਣੇ, ਜੇ ਉਹ ਕਰਨਾ ਚਾਹੁੰਦੀ ਹੈ ਤਾਂ ਕੋਈ ਗੱਲ ਨਹੀਂ, ਕਰਨ ਤੋਂ ਤੁਸੀਂ ਕੌਣ ਹੁੰਦੇ ਹੋ ਬਈ, ਜੇ ਉਹ ਜਿੰਨ ਨਾ ਕਿਤੇ ਫਿਰ ਤੜਵਾ ਦੇ। ਹਾਂਜੀ, ਬਾਕੀ ਭਾਈ ਸਾਡੀਆਂ ਨੇਕ ਖਾਸ਼ਾਤ ਨੇ, ਨੇਕ ਤਮੰਨਾਵਾਂ ਨੇ, ਨੇਕ ਦੁਆਵਾਂ ਨੇ ਇਹਨਾਂ ਵਾਸਤੇ, ਹੈਂ, ਜੇ ਉਹ ਅਗਰ ਇਸ ਰਿਸ਼ਤੇ ਨਿਕਾਹ ਦੇ ਰਿਸ਼ਤੇ 'ਚ ਬੰਧ ਜਾਂਦੇ ਨੇ ਤੇ ਅੱਲਾਹ ਪਾਕ ਉਹਨਾਂ ਦੀ ਖੈਰ ਕਰੇ ਬਈ। ਲਿਹਾਜ਼ਾ ਤੁਸੀਂ ਇੱਦਾਂ ਏਡਾ ਦਿਲ ਹੌਲਾ ਨਾ ਕਰੋ, ਹੈਂ, ਇੰਨੇ ਪਰੇਸ਼ਾਨ। ਮੈਨੂੰ ਇਹ ਪਤਾ ਹੈ ਕਿ ਜਿੰਨੇ ਲੋਕ ਆ ਭੈੜੇ ਕਮੈਂਟ ਕਰਦੇ ਨੇ, ਗੱਲਾਂ ਕਰਦੇ ਨੇ, ਅੱਜ ਅਦਾਕਾਰਾ ਨਿਸ਼ੋ ਬੇਗਮ ਕਹਿ ਦੇਣਾ ਕਿ ਮੈਂ ਤੁਹਾਡੇ ਨਾਲ ਵਿਆਹ ਕਰਨਾ, ਯਕੀਨ ਮੰਨੋ ਇਹ ਨੱਸਦੇ ਭੱਜਦੇ ਕਰਨ, ਭਾਵੇਂ ਇਹਨਾਂ ਦੀ ਉਮਰ 20-20 ਸਾਲ ਕਿਉਂ ਨਾ ਹੋਏ, ਕਿਉਂਕਿ ਸਭ ਦੇ ਜ਼ਿਹਨਾਂ ਵਿੱਚ ਉਹ ਅਦਾਕਾਰਾ ਨਿਸ਼ੋ ਬੇਗਮ ਹੀ, ਡਿੰਪਲ ਕੁਈਨ, ਉਹਦੇ ਗੱਲਾਂ ਦੇ ਟੋਏ ਪੈਂਦੇ ਸੀ, ਠੀਕ ਹੈ। ਤੇ ਇਸ ਵਾਸਤੇ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਹਰ ਕਿਸੇ ਨੂੰ ਆਪਣਾ ਹੱਕ ਹੈ, ਜਦੋਂ ਸ਼ਰੀਅਤ ਨੇ ਤੁਹਾਨੂੰ ਹੱਕ ਦਿੱਤਾ ਤਾਂ ਸਾਨੂੰ ਇਹੋ ਜਿਹੀਆਂ ਗੱਲਾਂ ਕਰਕੇ ਗੁਨਾਹਗਾਰ ਨਹੀਂ ਹੋਣਾ ਚਾਹੀਦਾ। ਬਾਕੀ ਅੱਲਾਹ ਪਾਕ ਇਹਨਾਂ ਨੂੰ ਸਲਾਮਤ ਰੱਖੇ, ਜਿਉਂਦੇ ਵਸਦੇ ਰਹਿਣ ਤੇ ਖੁਸ਼ੀਆਂ ਮਾਣਨ।